ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾੜੀ ਟਾਂਡਾ ਪਿੰਡ ਤੋਂ ਆਏ ਆ ਜੀ ਤੇ ਇਹ ਬਾਬਾ ਜੀ ਨੂੰ ਲੈ ਕੇ ਆਏ ਆ ਜੀ ਇਹਨਾਂ ਨਾਂ ਬਾਬਾ ਜੀ ਦਾ ਅਮਰੀਕ ਸਿੰਘ ਆ ਜੀ ਮਾੜੀ ਟਾਂਡਾ ਪਿੰਡ ਹੈ ਇਹਨਾਂ ਦਾ ਜੀ ਡਿਸਟ੍ਰਿਕਟ ਗੁਰਦਾਸਪੁਰ ਤੋਂ ਬਾਬਾ ਜੀ ਦੀ ਇੱਕ ਬਾਂਹ ਪਹਿਲਾਂ ਹੀ ਹੈ ਨੀ ਜੀ ਐਕਸੀਡੈਂਟ ਹੋਇਆ ਹੋਇਆ ਵਾ ਕਾਫੀ ਪੁਰਾਣਾ ਐਕਸੀਡੈਂਟ ਇਹਨਾਂ ਦੇ ਕਰੰਟ ਲੱਗ ਗਿਆ ਸੀ ਤੇ ਇੱਕ ਅੱਖ ਵੀ ਹੈ ਨੀ ਬਾਬਾ ਜੀ ਦੀ ਤੇ ਤੁਸੀਂ ਜਿਵੇਂ ਦੇਖ ਸਕਦੇ ਹੋ ਹੁਣ ਬਾਬਾ ਜੀ ਦਾ ਦੱਸਦੇ ਆ ਵੀਰ ਕੁਛ ਮਹੀਨਾ ਕੁ ਪਹਿਲਾਂ ਇਹ ਬਾਬਾ ਜੀ ਕੋਠੇ ਤੋਂ ਡਿੱਗ ਪਏ ਜੀ ਸਕੂਲ ਦੇ ਵਿੱਚ ਹੀ ਸੌਂਦੇ ਆ ਜੀ ਪਿੱਛੇ ਨੂੰ ਪਾ ਦੋ ਦਸਤਾਰ ਬੰਦ ਇੱਕ ਮਿੰਟ ਪਾ ਦੋ ਪਹਿਲਾਂ ਪਾ ਦੋ ਪਾ ਕੇ ਬੰਦ ਤੇ ਗੁਰਦੁਆਰਾ ਆਪਣੇ ਸਕੂਲ ਦੇ ਵਿੱਚ ਹੀ ਸੌਂਦੇ ਸੀਗੇ ਛੱਤ ਤੇ ਬਾਬਾ ਜੀ ਇਹ ਤੇ ਉੱਥੋਂ ਕਿਤੇ 20 ਕੁ ਦਿਨ 25 ਦਿਨ ਪਹਿਲਾਂ ਡਿੱਗ ਪਏ ਛੱਤ ਤੋਂ ਇਹਨਾਂ ਦਾ ਚੂੜਾ ਟੁੱਟ ਗਿਆ ਜੀ ਲੱਤ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਈ ਹੈ ਤੁਰ ਨਹੀਂ ਹੁੰਦਾ ਉਸੇ ਸਾਈਡ ਦੀ ਲੱਤ ਦੇ ਵਿੱਚ ਪ੍ਰੋਬਲਮ ਆਈ ਉਸੇ ਸਾਈਡ ਦੀ ਬਾਂਹ ਵੀ ਹੈ ਨਹੀਂ ਬਾਬਾ ਜੀ ਦੀ ਬਿਲਕੁਲ ਹੀ ਜੜ ਦੇ ਵਿੱਚੋਂ ਖਤਮ ਹੋਈ ਆ ਦੱਸਦੇ ਆ ਇਹ 20 ਕੁ ਸਾਲ ਪਹਿਲਾਂ ਬਾਬਾ ਜੀ ਦੇ ਕਰੰਟ ਲੱਗ ਗਿਆ ਸੀ ਉਹਦੇ ਨਾਲ ਇੱਕ ਅੱਖ ਤੇ ਇੱਕ ਸਾਈਡ ਬਾਂਹ ਸਾਰੀ ਖਤਮ ਹੋ ਗਈ ਸੀ ਕੱਟਣੀ ਪੈ ਗਈ ਸੀ ਡਾਕਟਰਾਂ ਤੇ ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਇਸ ਟਾਈਮ ਕੋਈ ਹੈ ਨਹੀਂ ਇਹਨਾਂ ਦੀ ਸੇਵਾ ਸੰਭਾਲ ਕਰਨ ਵਾਲਾ ਇਹ ਵੀਰ ਆ ਇਹਨਾਂ ਦਾ ਭਤੀਜਾ ਜੀ ਇੱਥੇ ਆ ਜਾਓ ਤੇ ਇਹ ਵੀਰ ਲੈ ਕੇ ਆਏ ਆ ਜੀ ਇਹਨਾਂ ਨੂੰ ਆ ਜਾਓ ਕੋਈ ਨਾ ਬਾਈ ਤੁਸੀਂ ਤੇ ਇਹਨਾਂ ਦੇ ਭਤੀਜਾ ਜੀ ਇਹ ਵੀ ਆਪਦੇ ਨਾਨਕੇ ਪਿੰਡ ਰਹਿੰਦਾ ਉੱਥੇ ਹੀ ਆਪਦਾ ਗੁਜ਼ਾਰਾ ਕਰਦਾ ਜੀ ਉੱਥੇ ਰਹਿ ਕੇ ਤੇ ਇਹ ਬਾਬਾ ਜੀ ਨੂੰ ਲੈ ਕੇ ਵੀ ਗਏ ਸੀ ਇਹਨਾਂ ਦੇ ਚਾਚਾ ਜੀ ਆ ਇਹ ਬਾਬਾ ਜੀ ਅਮਰੀਕ ਸਿੰਘ ਜੀ ਤੁਹਾਡਾ ਨਾਂ ਕੀ ਹੈ ਵੀਰੇ ਰਾਜਵਿੰਦਰ ਤੁਸੀਂ ਕਿੰਨਾ ਟਾਈਮ ਪਹਿਲਾਂ ਲੈ ਕੇ ਸੀ ਇਹ ਉੱਥੇ ਲੈ ਕੇ ਵੀ ਗਏ ਸੀ ਇਹਨਾਂ ਨੂੰ ਉੱਥੇ ਪਰ ਇਹਨਾਂ ਦੀ ਸੇਵਾ ਸੰਭਾਲ ਨਹੀਂ ਕਰ ਸਕੇ ਕਿਉਂਕਿ ਆਪ ਖੁਦ ਵੀ ਬਗਾਨੇ ਘਰ 'ਚ ਰਹਿੰਦੇ ਇਸ ਟਾਈਮ ਵਿਚਾਰੇ ਤੇ ਪਰ ਸਾਨੂੰ ਇੱਕ ਵੀਰ ਨੇ ਫੋਨ ਕੀਤਾ ਉਹਨਾਂ ਨੇ 2-3 ਦਿਨ ਤੋਂ ਸਾਡੇ ਨਾਲ ਸੰਪਰਕ ਦੇ ਵਿੱਚ ਸੀ ਉਹਨਾਂ ਨੇ ਫੋਟੋਆਂ ਵੀ ਭੇਜੀਆਂ ਸੀ ਸਾਨੂੰ ਇਹਨਾਂ ਦੀਆਂ ਬਾਬਾ ਜੀ ਦੀਆਂ ਉਹ ਵੀਰ ਦਾ ਨਾਮ ਕੀ ਸੀਗਾ ਜੀ ਉਹ ਆ ਨਹੀਂ ਸਕੇ ਸ਼ਾਲੀ ਕਹਿੰਦੇ ਫਿਰ ਨਾਮ ਸਿੱਧਾ ਪੁੱਛ ਲਈਏ ਹਾਂਜੀ ਸ਼ਾਲੀ ਉਹਨਾਂ ਦਾ ਨਾਮ ਜੀ ਹਾਂਜੀ ਪੁੱਛ ਲਿਓ ਕੋਈ ਨਾ ਬਾਅਦ 'ਚ ਤੇ ਉਹਨਾਂ ਨੇ ਸਾਨੂੰ ਕਾਲ ਕਰਕੇ ਦੱਸਿਆ ਵੀ ਬਾਬਾ ਜੀ ਇਸ ਤਰੀਕੇ ਸਾਡੇ ਬਹੁਤ ਮਾੜੀ ਹਾਲਤ ਸਾਡੇ ਪਿੰਡ ਦੇ ਵਿੱਚ ਰਹਿ ਰਹੇ ਆ ਜੀ ਤੇ ਫਿਰ ਸਾਡੇ ਨਾਲ ਸੰਪਰਕ ਕਰਕੇ ਉਹਨਾਂ ਨੇ ਫੋਟੋਆਂ ਭੇਜੀਆਂ ਜੀ ਇੱਥੇ ਸਾਡੇ ਕੋਲ ਤੇ ਅਸੀਂ ਬਾਬਾ ਗੁਰਦੁਆਰਾ ਉੱਥੇ ਸੋਰੀ ਹੋਸਪਿਟਲ ਦੇ ਵਿੱਚ ਗੱਲ ਕਰਕੇ ਬਾਬਾ ਜੀ ਨੂੰ ਕਿਹਾ ਵੀ ਤੁਸੀਂ ਲੈ ਆਓ ਅੱਜ ਵੀਰ ਲੈ ਕੇ ਆਏ ਆ ਇਹ 4-5 ਜਣੇ ਵੀਰ ਆ 2 ਵੀਰ ਆ ਖੜੇ ਆ ਜੀ ਇਹ ਵੀ ਨਾਲ ਆਏ ਆ ਜੀ ਤੇ ਬਾਬਾ ਜੀ ਨੂੰ ਸਾਡੇ ਕੋਲ ਸੰਸਥਾ 'ਤੇ ਲੈ ਕੇ ਆਏ ਆ ਜੀ ਗੁਰੂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਬਾ ਜੀ ਦਾ ਇਲਾਜ ਅਸੀਂ ਕਰਵਾ ਸਕੀਏ ਬਾਬਾ ਜੀ ਠੀਕ ਹੋ ਸਕਣ ਜੀ ਅਤੇ ਅਸੀਂ ਵੀ ਸਾਰੀਆਂ ਸੰਗਤਾਂ ਨੂੰ ਵੀ ਇਹੀ ਅਰਦਾਸ ਕਰਦੇ ਹਾਂ ਜੀ ਵੀ ਦੁਆ ਕਰੋ ਇਹਨਾਂ ਦੀ ਸਿਹਤ ਜਾਬੀ ਵਾਸਤੇ ਠੀਕ ਹੋ ਸਕਣ ਜੀ ਜਿਸ ਤਰ੍ਹਾਂ ਸ਼ੈਲੀ ਵੀਰ ਜਾਂ ਇਹ ਵੀਰਾਂ ਨੇ ਪਹਿਲ ਦੇ ਆਧਾਰ 'ਤੇ ਬਾਬਾ ਜੀ ਨੂੰ ਇਲਾਜ ਕਰਾਉਣ ਲਈ ਜਾਂ ਸਾਡੇ ਕੋਲ ਪਹੁੰਚਦਾ ਕੀਤਾ ਵਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਹਾਨੂੰ ਵੀ ਕੋਈ ਵੀ ਵੀਰ ਇੱਦਾਂ ਮਿਲਦਾ ਕੋਈ ਇੱਦਾਂ ਦੀ ਮਾੜੀ ਹਾਲਤ ਦੇ ਵਿੱਚ ਕਿਸੇ ਜਗ੍ਹਾ 'ਤੇ ਵੀ ਪਿੰਡ ਦੇ ਵਿੱਚ ਜਾਂ ਕਿਤੇ ਤਾਂ ਉਹਨੂੰ ਪਹਿਲੀ ਸਟੇਜ 'ਤੇ ਉਹਨਾਂ ਦੀ ਮਦਦ ਕਰਿਆ ਕਰੋ ਜੀ ਕਿਉਂਕਿ ਬਾਅਦ ਦੇ ਵਿੱਚ ਤਾਂ ਬਹੁਤ ਜ਼ਿਆਦਾ ਹਾਲਤ ਮਾੜੀ ਹੋ ਜਾਂਦੀ ਹੈ ਜੀ ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਸਾਡੀ ਮਨੁੱਖਤਾ ਦੀ ਸੇਵਾ ਸੁਸਾਇਟੀ ਇਹਨਾਂ ਦੀ ਹੈਲਪ ਕਰ ਸਕੇ ਇਹਨਾਂ ਦੀ ਮਦਦ ਕਰ ਸਕੇ ਇਹਨਾਂ ਦਾ ਇਲਾਜ ਕਰ ਸਕੇ ਜੀ ਜਿਵੇਂ ਕਿ ਸਾਰੇ ਤੁਸੀਂ ਜਾਣਦੇ ਹੋ ਸਾਡਾ ਨੰਬਰ ਹੈਗਾ 97-803-0073 ਨੰਬਰ ਆ ਜੀ ਜੇ ਕੋਈ ਵੀਰ ਸੰਪਰਕ ਕਰਨਾ ਚਾਹੁੰਦਾ ਹੋਵੇ ਕੋਈ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਸਾਨੂੰ ਫੋਨ ਕਰ ਸਕਦਾ ਜੀ ਅਤੇ ਬਾਬਾ ਜੀ ਦਾ ਨਾਂ ਅਮਰੀਕ ਸਿੰਘ ਆ ਜੀ ਅਤੇ ਇਹਨਾਂ ਬਾਰੇ ਇੰਨੀ ਜਾਣਕਾਰੀ ਦੇਣੀ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਸੀਂ ਵੀ ਕਰ ਦਿਓ ਫਤਿਹ ਸਾਰਿਆਂ ਨੂੰ ਫਤਿਹ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ